ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਇੰਦਰ, ਗੋਲਡੀ ਇੰਦਰ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਤੇ ਮੈਂ ਇਹ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕਰ ਰਹੇ ਹੋ, ਮੇਰੇ ਡਿਜ਼ਾਈਨਸ ਨੂੰ ਪਸੰਦ ਕਰ ਰਹੇ ਹੋ। ਐਂਡ ਥੈਂਕ ਯੂ ਉਹਨਾਂ ਦਾ ਜੀ ਜਿਨ੍ਹਾਂ ਨੇ ਆਲਰੇਡੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ। ਜਿਨ੍ਹਾਂ ਨੇ ਨਹੀਂ ਕੀਤਾ ਪਲੀਜ਼ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਐਂਡ ਅੱਗੇ ਲਾਈਕ ਐਂਡ ਸ਼ੇਅਰ ਪਲੀਜ਼ ਜ਼ਰੂਰ ਕਰ ਦਿਆ ਕਰੋ। ਐਂਡ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਐਂਡ ਵੀਡੀਓਜ਼ ਕਿੱਦਾਂ ਦੀਆਂ ਲੱਗ ਰਹੀਆਂ ਨੇ। ਅੱਜ ਤੁਹਾਡੇ ਸਾਹਮਣੇ ਜੀ ਮੈਂ ਦੋ ਸੂਟ ਲੈ ਕੇ ਆਈ ਹਾਂ ਜਿਹੜੇ ਕਿ ਹੈਂਡ ਵਰਕ ਨੇ ਦੋਨੋਂ ਹੀ। ਇੱਕ ਤਾਂ ਗ੍ਰੀਨ ਤੇ ਹੈ ਜਿਵੇਂ ਬੋਟਲ ਗ੍ਰੀਨ ਹੁੰਦਾ, ਇੱਕ ਦੋ ਕਲਰ ਨੇ, ਇੱਕ ਤਾਂ ਡਾਰਕ ਪੀਕੌਕ ਸ਼ੇਡ ਹੁੰਦਾ ਜਿਹੜਾ ਉਹਦੇ ਨਾਲ ਮਜ਼ੈਂਟਾ ਕਲਰ ਆ। ਐਂਡ ਉਹਦੇ ਨਾਲ ਜਿਹੜਾ ਦੁਪੱਟਾ ਆ ਸਿੰਪਲ ਆ, ਬਾਕੀ ਜਿਹੜਾ ਵਰਕ ਆ ਉਹ ਵੀ ਹੈਂਡ ਵਰਕ ਹੋਇਆ ਹੋਇਆ। ਜਿਹੜਾ ਬੋਟਲ ਗ੍ਰੀਨ ਆ ਉਹਦੇ ਨਾਲ ਜਿਹੜਾ ਦੁਪੱਟਾ ਆ ਸੀ ਔਰਗੈਂਜ਼ਾ ਯੂਜ਼ ਕੀਤਾ ਆ, ਉਹਦੇ ਦੁਪੱਟੇ ਤੇ ਵੀ ਵਰਕ ਆ ਐਂਡ ਸਾਰਾ ਸੂਟ ਵੀ ਉਹਦਾ ਵਰਕ ਹੋਇਆ ਹੋਇਆ ਐਂਡ ਸਾਰਾ ਹੈਂਡ ਇੰਬਰਾਇਡਰੀ ਦੇ ਵਿੱਚ ਨਾ ਥਰੈਡ ਯੂਜ਼ ਹੋਈ ਹੋਈ ਆ। ਅੱਜ ਮੈਂ ਤੁਹਾਨੂੰ ਉਹ ਦੋ ਸੂਟ ਦਿਖਾਉਂਗੀ ਜੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੋਟਲ ਗ੍ਰੀਨ ਸੂਟ ਦਿਖਾਉਂਦੀ ਹਾਂ। ਆਹ ਸੀ ਉਹਦੇ ਨਾਲ ਦੁਪੱਟਾ ਜਿਹੜਾ ਔਰਗੈਂਜ਼ਾ ਦਾ ਬਣਾਇਆ ਹੋਇਆ, ਆਹ ਸਾਰਾ ਸਿੱਪੀਆਂ ਦੇ ਨਾਲ ਵਿੱਚ ਇਹਦਾ ਥਰੈਡ ਆ। ਮੈਂ ਬਾਅਦ ਚੋਂ ਇਹਨੂੰ ਖੋਲ ਕੇ ਦਿਖਾਉਂਗੀ, ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾ ਦਿੰਦੀ ਹਾਂ। ਜਿਹੜੀ ਆਹ ਵਾਲੀ ਆ ਇਹਦੀ ਬੈਕ ਆ ਜੀ, ਆਹ ਦੇਖੋ ਇਹਦੀ ਬੈਕ ਵਰਕ ਹੋਈ ਹੋਈ ਆ। ਤੁਸੀਂ ਬੈਕ ਨੂੰ ਸਕਿੱਪ ਵੀ ਕਰਵਾ ਸਕਦੇ ਹੋ, ਪਰ ਉਹਨਾਂ ਨੇ ਹੈਵੀ ਕਰਨਾ ਸੀ ਸੂਟ, ਇਸ ਕਰਕੇ ਉਹਨਾਂ ਨੇ ਆਪਣੀ ਬੈਕ ਤੇ ਵੀ ਵਰਕ ਕਰਵਾਇਆ। ਆਹ ਦੇਖੋ ਅਸੀਂ ਬੈਕ ਤੇ ਵੀ ਇਦਾਂ ਹੀ ਇਹਦੇ ਸਾਰਾ ਵਰਕ ਕੀਤਾ ਹੋਇਆ। ਇਹ ਨਾ ਡਿਜ਼ਾਈਨ ਅਸੀਂ ਪਹਿਲਾਂ ਵੀ ਬਣਾਇਆ ਸੀ, ਉਦੋਂ ਇਹ ਫਰੋਕ ਸੂਟ ਦੇ ਉੱਪਰ ਸੀਗਾ, ਬਟ ਜਿਹੜਾ ਹੁਣ ਇਹ ਡਿਜ਼ਾਈਨ ਬਣਿਆ, ਹੁਣ ਇਹ ਫਰੋਕ ਸੂਟ ਨਹੀਂ ਹੈਗਾ, ਹੁਣ ਸਿੰਪਲ ਸਲਵਾਰ ਸੂਟ ਆ, ਜਿਵੇਂ ਆਪਣਾ ਸਿੰਪਲ ਸੂਟ ਹੋਵੇ ਉਹ ਵਾਲਾ ਆ। ਤੇ ਜਿਹੜਾ ਉਹਨਾਂ ਦੇ ਬੈਕ ਬਣੀ ਸੀ ਨਾ, ਉਹਨਾਂ ਦੀ ਬੈਕ ਜਿਹੜੀ ਸੀ ਆਧੀ ਸੀ, ਮੀਨਸ ਇੰਨੀ ਕੀ ਸੀਗੀ, ਪੂਰੀ ਉੱਪਰ ਤੱਕ ਨਹੀਂ ਸੀ ਜਾਂਦੀ, ਪਰ ਇਹਨਾਂ ਨੇ ਪੂਰੀ ਉੱਪਰ ਤੱਕ ਬੈਕ ਬਣਾਈ ਆ। ਉਹਦਾ ਜਿੰਨਾ ਕੁ ਫਰੰਟ ਸੀ ਨਾ, ਉਹਨਾਂ ਕੀ ਉਹਦਾ ਬੈਕ ਸੀ, ਉਹਦਾ ਜਿਹੜਾ ਫਰੰਟ ਸੀ ਉਹ ਵੀ ਅੱਧ ਸੀ, ਪਰ ਇਹਦਾ ਜਿਹੜਾ ਫਰੰਟ ਹੈ ਪੂਰੇ ਦਾ ਪੂਰਾ ਹੀ ਬਣਿਆ ਹੋਇਆ। ਇਸ ਕਰਕੇ ਉਹਨਾਂ ਨੇ ਜਿਹੜੀ ਆਪਣੀ ਬੈਕ ਬਣਾਈ ਆ ਉਹ ਵੀ ਇੱਦਾਂ ਹੀ ਬਣਵਾਈ ਆ। ਅਸੀਂ ਸਿੱਪੀਆਂ ਦੇ ਨਾਲ ਇੱਦਾਂ ਬੋਕਸਿਸ ਪਾ ਦਿੱਤੇ ਆ, ਤੇ ਬਹੁਤ ਜ਼ਿਆਦਾ ਪ੍ਰਿਟੀ ਲੱਗੂਗਾ ਜਦੋਂ ਇਹ ਸਟਿਚ ਹੋ ਗਿਆ, ਕਿਉਂਕਿ ਇਹਦੀ ਸਾਰੀ ਬੈਕ ਤੇ ਵਰਕ ਆਊਗਾ, ਸਾਰੇ ਇਹਦਾ ਫਰੰਟ ਵਰਕ ਆ। ਬੈਕ ਅਸੀਂ ਸਿਰਫ ਸਿੱਪੀਆਂ ਦੇ ਨਾਲ ਕੀਤੀ ਆ, ਬੈਕ ਤੇ ਫਰੰਟ ਵਾਂਗੂ ਨਹੀਂ ਰੱਖਿਆ ਜਿਵੇਂ ਉਹਦੇ ਵਿੱਚ ਥਰੈਡ ਵਰਕ ਪਾਇਆ ਹੋਇਆ, ਕਿਉਂਕਿ ਫਿਰ ਬਾਹਲਾ ਹੀ ਜ਼ਿਆਦਾ ਹੈਵੀ ਹੋ ਜਾਣਾ ਸੀ। ਇਸ ਕਰਕੇ ਕਿ ਇਹ ਹੈਵੀ ਲੁੱਕ ਵੀ ਰਵੇ ਤੇ ਥੋੜ੍ਹਾ ਜਿਹਾ ਉੱਦਾਂ ਵੀ ਸੋਹਣਾ ਲੱਗੇ ਤੇ ਬਾਕੀ ਇੰਨਾ ਪਾਇਆ ਨੂੰ ਹੈਵੀ ਵੀ ਨਾ ਲੱਗੇ, ਇਸ ਕਰਕੇ ਅਸੀਂ ਇਹਦੀ ਲੁੱਕ ਬੈਕ ਦੀ ਇੱਦਾਂ ਰੱਖੀ ਆ। ਇਹ ਇਹਦੀ ਬੈਕ ਆ, ਆਹ ਇਹਦੀ ਫਰੰਟ ਆ, ਆਹ ਦੇਖੋ ਆਹ ਵਾਲੀ ਇਹਦੀ ਫਰੰਟ ਹੈ ਸਾਰੀ ਦੀ ਸਾਰੀ। ਜਿਹੜੇ ਮੈਨੂੰ ਪਹਿਲਾਂ ਤੋਂ ਫੋਲੋ ਕਰਦੇ ਜੀ, ਮੇਰੀਆਂ ਵੀਡੀਓਜ਼ ਦੇਖ ਰਹੇ ਨੇ, ਉਹਨਾਂ ਨੂੰ ਪਤਾ ਇਹ ਜਿਹੜਾ ਡਿਜ਼ਾਈਨ ਸੀ ਉਦੋਂ ਫਰੋਕ ਸੂਟ ਤੇ ਬਣਿਆ ਸੀ, ਫਿਰੋਜ਼ੀ ਜੀ ਫਰੋਕ ਆ। ਜਿਹੜੇ ਪਲੀਜ਼ ਨਵੇਂ ਨੇ ਇਸ ਵੀਡੀਓ ਨੂੰ ਦੇਖ ਰਹੇ ਨੇ, ਬੈਕ ਤੇ ਜਾ ਕੇ ਤੁਸੀਂ ਮੇਰੀ ਉਹ ਵਾਲੀ ਫਰੋਕ ਸੂਟ ਵੀ ਚੈੱਕ ਕਰ ਸਕਦੇ ਹੋ। ਫਿਰੋਜ਼ੀ ਕਲਰ ਦੇ ਵਿੱਚ ਸੀ, ਬਿਲਕੁਲ ਲਾਈਟ ਫਿਰੋਜ਼ੀ ਜਿਹੜਾ ਕਲਰ ਹੁੰਦਾ ਉਹਦੇ ਵਿੱਚ ਉਹ ਬਣੀ ਹੋਈ ਸੀ ਫਰੋਕ। ਤਾਂ ਉਹਨਾਂ ਨੇ ਉਹ ਜਿਹੜਾ ਡਿਜ਼ਾਈਨ ਆ ਫਰੋਕ ਸੂਟ ਦਾ, ਉਸ ਡਿਜ਼ਾਈਨ ਨੂੰ ਇੱਦਾਂ ਸੂਟ ਦੇ ਵਿੱਚ ਕਨਵਰਟ ਕੀਤਾ ਆ। ਆਹ ਦੇਖੋ ਇਹਦੀ ਫਰੰਟ, ਹੁਣ ਤੁਹਾਨੂੰ ਸਮਝ ਆਊਗੀ ਕਿ ਉਹਦੀ ਬੈਕ ਇੱਦਾਂ ਕਾਹਤੇ ਬਣਾਈ ਅਸੀਂ। ਉਹਦੀ ਬੈਕ ਇਹਦੇ ਕਰਕੇ ਬਣਾਈ ਹੈ ਕਿਉਂਕਿ ਇਹਦਾ ਜਿਹੜਾ ਵਰਕ ਆ ਦੇਖੋ ਸਾਰਾ ਉੱਪਰ ਸਿੱਪੀਆਂ ਦੇ ਨਾਲ ਹੋਇਆ ਹੋਇਆ, ਇਸ ਕਰਕੇ ਉਹਦੀ ਬੈਕ ਅਸੀਂ ਸਾਰੀ ਸਿੱਪੀਆਂ ਦੇ ਨਾਲ ਉਹਨੂੰ ਫਿੱਲ ਕਰਤੀ ਵੀ ਬੈਕ ਵੀ ਸੋਹਣੀ ਲੱਗੇ। ਤੇ ਜਿਹੜਾ ਇਹਦਾ ਨੈਕ ਆ ਦੇਖੋ, ਇੱਥੋਂ ਇੱਦਾਂ ਨੈਕ ਇਹਦੇ ਵਿੱਚ ਇੱਥੋਂ ਆ ਜਾਊਗਾ ਇੰਨਾ ਸਾਰਾ। ਤੇ ਆਹ ਦੇਖੋ ਆਹ ਸਾਰਾ ਵੀ ਹੈਂਡ ਵਰਕ ਹੈ ਜੀ, ਇਹਦੇ ਵਿੱਚ ਮਸ਼ੀਨ ਕੁਛ ਵੀ ਨਹੀਂ, ਆਹ ਸਾਰਾ ਥਰੈਡ ਦੇ ਨਾਲ ਵਰਕ ਹੋਇਆ ਹੋਇਆ। ਮੈਂ ਕੋਲੋਂ ਕਰਵਾ ਦਿੰਦੀ ਹਾਂ ਵੀਡੀਓ, ਬਹੁਤ ਜ਼ਿਆਦਾ ਕਲੀਅਰ ਵਰਕ ਹੋਇਆ ਹੋਇਆ, ਬਿਲਕੁਲ ਆਪਾਂ ਨੂੰ ਐਜ਼ ਇਟ ਇਜ਼ ਇੱਦਾਂ ਦਿਖ ਰਿਹਾ ਆ ਕਿ ਕਿੱਦਾਂ ਵਰਕ ਹੋਇਆ ਹੋਇਆ। ਫਲਾਵਰਸ ਵਗੈਰਾ ਬਿਲਕੁਲ ਕਲੀਅਰ ਨਹੀਂ ਇਹਦੇ ਵਿੱਚ, ਇੱਦਾਂ ਨਹੀਂ ਲੱਗ ਰਿਹਾ ਕਿ ਕੋਈ ਥਰੈਡ ਕਿਤੋਂ ਆਪਾਂ ਨੂੰ ਦਿਖੇ ਜਾਂ ਕੁਛ ਵੀ ਆ, ਪੂਰੀ ਇਹਦੀ ਫਿਨਿਸ਼ਿੰਗ ਹੋਈ ਹੋਈ ਆ ਵਰਕ ਦੀ। ਬਾਕੀ ਜਦੋਂ ਸਟਿਚਿੰਗ ਹੋਊਗੀ ਇਹਦੇ ਨਾਲ ਪਾਈਪਿੰਗ ਵਗੈਰਾ ਲੱਗ ਜੂਗੀ ਹਨਾ, ਉਦੋਂ ਇਹ ਹੋਸ ਤੋਂ ਵੀ ਜ਼ਿਆਦਾ ਸੋਹਣਾ ਲੱਗੂ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਆਪਾਂ ਲਟਕਣ ਵਗੈਰਾ ਯੂਜ਼ ਕਰ ਲੈਂਦੇ ਹਾਂ, ਬਾਕੀ ਪਾਈਪਿੰਗ ਵਗੈਰਾ ਲੱਗ ਜਾਂਦੀ ਹੈ ਨਾ, ਸਾਰਾ ਕੁਛ ਹੋ ਕੇ ਫਿਰ ਹੋਰ ਵੀ ਇਸ ਸੂਟ ਦੀ ਫਿਨਿਸ਼ਿੰਗ ਬਹੁਤ ਸੋਹਣੀ ਆਊਗੀ। ਤਾਂ ਇਹਦੀ ਫਰੰਟ ਆ, ਅਤੇ ਆਹ ਇਹਦੀਆਂ ਬਾਜੂ ਆ, ਆਹ ਦੇਖੋ ਬਾਜੂ ਵੀ ਅਸੀਂ ਇੱਦਾਂ ਹੀ ਹੈਵੀ ਕੀਤੀਆਂ ਹੋਈਆਂ ਆ, ਜਿਵੇਂ ਉਹਦੀ ਬੈਕ ਕੀਤੀ ਹੋਈ ਆ ਉਵੇਂ ਬਾਜੂ ਕੀਤੀਆਂ ਹੋਈਆਂ, ਉਵੇਂ ਉੱਪਰੋਂ ਫਰੰਟ ਲਾਈਕ ਉੱਦਾਂ ਉਹ ਇਹਦਾ ਕੀਤਾ ਹੋਇਆ, ਸ਼ਰਟ ਦਾ ਉੱਪਰੋਂ ਵਾਲਾ ਜਿਹੜਾ ਪਾਸਾ ਆ ਨੀਚੇ ਘੇਰ ਘੇਰ ਇੰਨਾ ਨਿਕਲਿਆ ਹੋਇਆ। ਆਹ ਇਹਦੀ ਬਾਜੂ ਆ, ਅਤੇ ਇਹਦੀ ਸਲਵਾਰ ਵੀ ਵਰਕ ਹੋਈ ਹੋਈ ਆ ਬੋਟਮ ਵੀ, ਆਹ ਦੇਖਿਓ ਆਹ ਚੀਜ਼ ਬੋਟਮ 'ਤੇ ਆਊਗੀ ਨੀਚੇ। ਮੀਨਸ ਤੁਸੀਂ ਇਹ ਮੰਨੋ ਵੀ ਇਹ ਟੋਟਲ ਸੂਟ ਵਰਕ ਹੋਇਆ ਹੋਇਆ, ਫਰੰਟ ਬੈਕ ਬਾਜੂ ਬੋਟਮ ਸਾਰਾ ਕੁਛ ਇੱਦਾਂ ਹੀ ਵਰਕ ਹੋਇਆ ਆ, ਬਸ ਫਰੰਟ 'ਤੇ ਅਸੀਂ ਉਹ ਥਰੈਡ ਯੂਜ਼ ਕੀਤਾ ਆ, ਬਾਕੀ ਸਾਰਾ ਅਸੀਂ ਸਿੱਪੀਆਂ ਦੇ ਨਾਲ ਇਹਨੂੰ ਕ੍ਰੀਏਟ ਕੀਤਾ ਆ, ਕਿਉਂਕਿ ਸਿੱਪੀਆਂ ਦੇ ਨਾਲ ਬਹੁਤ ਜ਼ਿਆਦਾ ਸੋਹਣੀ ਲੁੱਕ ਆਉਂਦੀ ਆ। ਇੱਕ ਤਾਂ ਡਾਰਕ ਕਲਰ ਆ ਬੋਟਲ ਗ੍ਰੀਨ ਕਲਰ ਆ, ਉੱਤੋਂ ਇੱਦਾਂ ਆ ਕਿ ਆਪਾਂ ਨੂੰ ਜਿਹੜੀ ਸਿੱਪੀਆਂ ਆ ਗੋਲਡਨ ਆ ਇਹ ਹੋਰ ਵੀ ਜ਼ਿਆਦਾ ਸੋਹਣੀਆਂ ਲੱਗਦੀਆਂ। ਤੁਸੀਂ ਇਹਨੂੰ ਕਿਸੇ ਵੀ ਕਲਰ 'ਤੇ ਬਣਵਾ ਸਕਦੇ ਹੋ, ਜਿਵੇਂ ਅਸੀਂ ਉਦੋਂ ਫਿਰੋਜ਼ੀ ਜੇ 'ਤੇ ਬਣਾਇਆ ਸੀ, ਤੁਸੀਂ ਕਿਸੇ ਹੋਰ ਕਲਰ 'ਤੇ ਵੀ ਬਣਾ ਸਕਦੇ ਹੋ। ਇਹ ਤਾਂ ਹੋ ਗਈ ਇਹਦੀ ਸ਼ਰਟ ਬੈਕ ਵਗੈਰਾ ਐਂਡ ਇਹਦੀਆਂ ਬਾਜੂ। ਆਹ ਹੈਗਾ ਇਹਦਾ ਦੁਪੱਟਾ, ਆਹ ਦੇਖੋ ਦੁਪੱਟਾ ਵੀ ਅਸੀਂ ਇਹਦਾ ਹੈਵੀ ਕੀਤਾ ਆ ਸਾਈਡ ਤੋਂ, ਪੂਰੀਆਂ ਸਿੱਪੀਆਂ ਦੇ ਨਾਲ ਚਾਰੋਂ ਚਾਰੋਂ
ਬੋਟਲ ਗ੍ਰੀਨ ਹੀ ਅਸੀਂ ਇਹਦੇ ਨਾਲ ਮੈਚਿੰਗ ਦੁਪੱਟਾ ਨਹੀਂ ਰੱਖਿਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਵੇਂ ਆਪਣੇ ਇਦਾਂ ਦੇ ਸੂਟ ਹੁੰਦੇ ਆ ਥੋੜੇ ਜਿਹੇ ਹੈਵੀ ਹੁੰਦੇ ਆ ਤੇ ਆਪਾਂ ਵਿਆਹ ਸ਼ਾਦੀ 'ਚ ਪਾਉਣੇ ਹੁੰਦੇ ਆ ਤੇ ਹਮੇਸ਼ਾ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਹਨਾ ਇੰਨਾ ਹੈਵੀ ਸੂਟ ਬਣਾ ਕੇ ਆਪਾਂ ਸਿਰਫ ਇੱਕ ਵਾਰੀ ਪਾਵਾਂਗੇ ਇਹ ਤਾਂ ਹੁੰਦਾ ਕਿ ਆਪਾਂ ਕਦੋਂ ਵੀ ਇਹਨਾਂ ਨੂੰ ਵੀਅਰ ਕਰ ਸਕਦੇ ਹਾਂ ਤੇ ਜਿਹੜੇ ਮੈਚਿੰਗ ਵਾਲੇ ਹੁੰਦੇ ਆ ਜਿਵੇਂ 3D ਹੋ ਗਿਆ ਜਾਂ ਕੋਈ ਟਾਈ ਐਂਡ ਡਾਈ ਹੋ ਗਿਆ ਇਦਾਂ ਦੀਆਂ ਚੀਜ਼ਾਂ ਤਾਂ ਟ੍ਰੈਂਡ 'ਚੋਂ ਜਾਣ ਵਾਲੀਆਂ ਹੁੰਦੀਆਂ ਨੇ ਬਟ ਜਿਹੜਾ ਆਲ ਓਵਰ ਸੂਟ ਹੁੰਦਾ ਹਮੇਸ਼ਾ ਆਪਾਂ ਨੂੰ ਟ੍ਰੈਂਡ 'ਚ ਰਹਿੰਦਾ ਹੈ ਤੇ ਆਪਾਂ ਕਦੋਂ ਵੀ ਇਹਨੂੰ ਚੱਕ ਕੇ ਵੀਅਰ ਕਰ ਸਕਦੇ ਹਾਂ ਆਹ ਦੇਖੋ ਜੀ ਦੁਪੱਟਾ ਵੀ ਸਾਰਾ ਇਹਦਾ ਹੈਂਡ ਵਰਕ ਹੋਇਆ ਹੋਇਆ ਔਰਗੈਂਜ਼ਾ ਦਾ ਦੁਪੱਟਾ ਹੈ ਇਹਦਾ ਤੇ ਆਹ ਦੇਖੋ ਵਿੱਚ ਇਹਦੇ ਅਸੀਂ ਥਰੈਡ ਦੇ ਨਾਲ ਇਦਾਂ ਛੋਟੇ ਛੋਟੇ ਹਨਾ ਮਲਟੀ ਸ਼ੇਡ ਦੇ ਵਿੱਚ ਕਲਰਸ ਪਾ ਕੇ ਥਰੈਡ ਨੂੰ ਯੂਜ਼ ਕੀਤਾ ਹੋਇਆ ਤੇ ਛੋਟੇ ਛੋਟੇ ਫਲਾਵਰਸ ਪਾ ਦਿੱਤੇ ਆ ਤੇ ਚਾਰੋਂ ਤਰਫ ਇਹਦੀਆਂ ਜਿਹੜੀਆਂ ਸਿੱਪੀਆਂ ਦੇ ਨਾਲ ਇਦਾਂ ਬਾਕਸ ਬਣਾਇਆ ਹੋਇਆ ਬਾਕੀ ਜਦੋਂ ਇੱਥੇ ਇਦਾਂ ਕਰਕੇ ਇਹਦੇ ਲੈਸ ਲੱਗ ਜਾਣੀ ਆ ਤਾਂ ਫਿਰ ਇਹ ਹੋਰ ਵੀ ਸੋਹਣਾ ਲੱਗਣਾ ਕਿਉਂਕਿ ਇਹਦੇ ਵਿੱਚ ਥੋੜੀ ਜਿਹੀ ਅਸੀਂ ਸੋਚ ਰਹੇ ਹਾਂ ਕਿ ਚੌੜੀ ਜਾਂ ਕਿੱਦਾਂ ਚੌੜੀ ਲਗਾਵਾਂਗੇ ਤਾਂ ਉਹ ਨਹੀਂ ਇਹਦੇ ਤੇ ਫਿੱਟ ਹੋਣੀ ਕਿਉਂਕਿ ਇਦਾਂ ਇੱਥੋਂ ਐ ਹੋਊਗੀ ਨਾ ਤਾਂ ਬਾਹਰ ਜਿਹੜੀ ਨਿਕਲਦੀ ਹੈ ਲੈਸ ਉਹੀ ਲੱਗੂਗੀ ਤਾਂ ਜਦੋਂ ਇਹਦੀ ਸਟਿਚਿੰਗ ਵਗੈਰਾ ਵੀ ਹੋਗੀ ਉਦੋਂ ਵੀ ਮੈਂ ਜ਼ਰੂਰ ਇਹਦੀ ਵੀਡੀਓ ਸ਼ੇਅਰ ਕਰੂੰਗੀ ਉਸ ਤੋਂ ਪਹਿਲਾਂ ਵੀ ਇਦਾਂ ਹੁੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਨ੍ਹਾਂ ਦਾ ਸੂਟ ਹੁੰਦਾ ਕਈ ਵਾਰੀ ਸਾਡੇ ਤੋਂ ਕੁਝ ਸਕਿਪ ਹੋ ਜੇ ਫਿਰ ਉਹ ਆਪਣੀ ਵੀਡੀਓ ਦੇਖ ਕੇ ਹਨਾ ਸਟਿਚਿੰਗ ਤੋਂ ਪਹਿਲਾਂ ਸਾਨੂੰ ਦੱਸ ਸਕਦੇ ਆ ਵੀ ਸਾਨੂੰ ਆਹ ਚੀਜ਼ ਇਦਾਂ ਵਧੀਆ ਨਹੀਂ ਲੱਗੀ ਜਾਂ ਉਹਨੂੰ ਫਿਕਸ ਕਰ ਸਕਦੇ ਆ ਫਿਰ ਆਪਾਂ ਆਹ ਦੇਖੋ ਜੀ ਜਿਹੜਾ ਨੈਕਸਟ ਸੂਟ ਆ ਨੈਕਸਟ ਉਹਨਾਂ ਨੇ ਜਿਹੜਾ ਇਹ ਤੁਸੀਂ ਮੇਰਾ ਸੂਟ ਆਲਰੇਡੀ ਦੇਖਿਆ ਵੀ ਹੋਇਆ ਆ ਆਹ ਇਹਦੀ ਬੋਟਮ ਆ ਮਜੈਂਟਾ ਕਲਰ ਦੀ ਇਹਦੀ ਬੋਟਮ ਆ ਪਹਿਲਾਂ ਗ੍ਰੀਨ ਦੇ ਨਾਲ ਆਪਾਂ ਬੋਟਲ ਗ੍ਰੀਨ ਦੇ ਨਾਲ ਜਿਵੇਂ ਉਹ ਵਾਲਾ ਕਲਰ ਆ ਜਿਹੜਾ ਮੈਂ ਪਹਿਲਾਂ ਦਿਖਾਇਆ ਉਹਦੇ ਨਾਲ ਮਜੈਂਟਾ ਕੀਤਾ ਸੀ ਤੇ ਉਸ ਤੋਂ ਬਾਅਦ ਅਸੀਂ ਇੱਕ ਆਫ ਵਾਈਟ ਦੇ ਨਾਲ ਯੈਲੋ ਵੀ ਕੀਤਾ ਇੱਕ ਮਹਿੰਦੀ ਦੇ ਨਾਲ ਰੈੱਡ ਵੀ ਕੀਤਾ ਬਲੈਕ ਨਾਲ ਫਿਰੋਜ਼ੀ ਵੀ ਕੀਤਾ ਹੁਣ ਉਹਨਾਂ ਨੇ ਲਾਈਕ ਡਾਰਕ ਜਿਹੜਾ ਪੀਕੋਕ ਸ਼ੇਡ ਹੁੰਦਾ ਉਹ ਵਾਲਾ ਕਲਰ ਦੇ ਉੱਤੇ ਮਜੈਂਟਾ ਕਲਰ ਬਣਵਾਇਆ ਇਹ ਦੇਖਣ ਨੂੰ ਤਾਂ ਜੇ ਆਪਾਂ ਨੂੰ ਇਦਾਂ ਲੱਗਦਾ ਜਿਵੇਂ ਗ੍ਰੀਨ ਕਲਰ ਹੋਵੇ ਜਿਵੇਂ ਆਪਾਂ ਨੂੰ ਗ੍ਰੀਨ ਕਲਰ ਲੱਗਦਾ ਬਟ ਇਹ ਪੀਕੋਕ ਸ਼ੇਡ ਆ ਜਿਵੇਂ ਆਪਾਂ ਥੋੜਾ ਜਿਹਾ ਡਾਰਕ ਕਿਉਂਕਿ ਇਹ ਸ਼ੇਡਸ ਦੇ ਵਿੱਚ ਕਲਰ ਵੀ ਬਹੁਤ ਤਰ੍ਹਾਂ ਦੇ ਆ ਜਾਂਦੇ ਜ਼ਰੂਰੀ ਨਹੀਂ ਹੁੰਦਾ ਕਿ ਜਿਵੇਂ ਆਪਾਂ ਪੀਕੋਕ ਸ਼ੇਡ ਕਹਿਤਾ ਤਾਂ ਉਹਦੇ ਵਿੱਚ ਇੱਕ ਤਰ੍ਹਾਂ ਦਾ ਹੀ ਕਲਰ ਹੋਊਗਾ ਕਾਫੀ ਤਰ੍ਹਾਂ ਦੇ ਆ ਜਾਂਦੇ ਲਾਈਟ ਡਾਰਕ ਜਾਂ ਕੁਛ ਕਿੱਦਾਂ ਦੇ ਵੀ ਬਹੁਤ ਚੇਂਜਿੰਗ ਆ ਜਾਂਦੀਆਂ ਕਲਰਸ ਦੇ ਵਿੱਚ ਬਾਕੀ ਜਿਹੜਾ ਹੁਣ ਟ੍ਰੈਂਡ ਚੱਲ ਰਿਹਾ ਹੁਣ ਤਾਂ ਕਲਰਸ ਦਾ ਇੰਨਾ ਕੁ ਜ਼ਿਆਦਾ ਹੋ ਗਿਆ ਕਈਆਂ ਦੇ ਤਾਂ ਨੇਮ ਵੀ ਨਹੀਂ ਪਤਾ ਹੁੰਦੇ ਵੀ ਇਹਦਾ ਨੇਮ ਕੀ ਆ ਇਸ ਕਰਕੇ ਜੀ ਕਲਰ ਕੰਬੀਨੇਸ਼ਨ ਜਿਵੇਂ ਮਰਜ਼ੀ ਤੁਸੀਂ ਕਰਵਾ ਸਕਦੇ ਹੋ ਆ ਦੇਖੋ ਨੀਚੇ ਨੀਚੇ ਜਿਹੜਾ ਅਸੀਂ ਇਹਨੂੰ ਪੀਕੋਕ ਸ਼ੇਡ ਦੇ ਨਾਲ ਉਹ ਕੀਤਾ ਹੋਇਆ ਵੀਡੀਓ 'ਚ ਸ਼ਾਇਦ ਤੁਹਾਨੂੰ ਇਹ ਗ੍ਰੀਨ ਵਗੈਰਾ ਲੱਗਦਾ ਹੋਵੇ ਜਿਵੇਂ ਗ੍ਰੀਨ ਹੋਵੇ ਪਰ ਇਹ ਬੋਟਲ ਗ੍ਰੀਨ ਵੀ ਨਹੀਂ ਹੈਗਾ ਦੂਸਰਾ ਗ੍ਰੀਨ ਵੀ ਨਹੀਂ ਹੈਗਾ ਇਹ ਪੀਕੋਕ ਸ਼ੇਡ ਆ ਥੋੜਾ ਜਿਹਾ ਡਾਰਕ ਦੇ ਵਿੱਚ ਆ ਤਾਂ ਇਹਦੇ ਉੱਪਰ ਜਿਹੜਾ ਇਹ ਮਜੈਂਟਾ ਆ ਤਾਂ ਇਹਦੇ ਉੱਪਰ ਇਦਾਂ ਪੋਰਟਲੀ ਬਟਨਸ ਵਗੈਰਾ ਲੱਗ ਕੇ ਹਨਾ ਇਹਦੇ ਜਿਹੜਾ ਆਹ ਵਾਲਾ ਕਲਰ ਆ ਤਾਂ ਇਹ ਪ੍ਰਿਟੀ ਲੱਗੂਗਾ ਬਹੁਤ ਜ਼ਿਆਦਾ ਤੇ ਇਹਦੀ ਇਦਾਂ ਹੀ ਸਟਿਚਿੰਗ ਹੋ ਜੂਗੀ ਤੇ ਆਹ ਇਹਦੀਆਂ ਬਾਜੂ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਆ ਇਹ ਡਿਜ਼ਾਈਨ ਮੇਰਾ ਪਹਿਲਾਂ ਵੀ ਕਾਫੀ ਵਾਰੀ ਬਣ ਕੇ ਗਿਆ ਆ ਇਹ ਇੱਧਰ ਇਹਦੀਆਂ ਬਾਜੂ ਆ ਗਈਆਂ ਨੇ ਆਹ ਵਾਲਾ ਜਿਹੜਾ ਹੈਂਡ ਵਰਕ ਹੋਇਆ ਹੋਇਆ ਬਾਜੂ ਉੱਤੇ ਹੋਇਆ ਹੋਇਆ ਤੇ ਜਿਹੜੀ ਇਹਦੀ ਬੋਟਮ ਮੈਂ ਤੁਹਾਨੂੰ ਆਲਰੇਡੀ ਦਿਖਾਈ ਆ ਦੇਖੋ ਬੋਟਮ ਇਹਦੀ ਹੈਗੀ ਆ ਮਜੈਂਟਾ ਕਲਰ ਦੀ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਹਨਾ ਕਿਸੇ ਵੀ ਤਰ੍ਹਾਂ ਦਾ ਕੰਬੀਨੇਸ਼ਨ ਬਣਾ ਸਕਦੇ ਹੋ ਬਾਕੀ ਤੁਸੀਂ ਇੱਕ ਸਿੰਗਲ ਕਲਰ ਤੇ ਵੀ ਬਣਾ ਸਕਦੇ ਹੋ ਜ਼ਰੂਰੀ ਨਹੀਂ ਕਿ ਅਸੀਂ ਦੋ ਕਲਰਸ ਤੇ ਬਣਾ ਰਹੇ ਹਾਂ ਤਾਂ ਤੁਸੀਂ ਦੋ ਕਲਰਸ ਤੇ ਹੀ ਬਣਾਉਣਾ ਤੁਸੀਂ ਇਸ ਡਿਜ਼ਾਈਨ ਨੂੰ ਸਿੰਗਲ ਤੇ ਵੀ ਬਣਾ ਸਕਦੇ ਹੋ ਤੁਸੀਂ ਤਿੰਨ ਕਲਰ ਵੀ ਕਰ ਸਕਦੇ ਹੋ ਬਟ ਇਹ ਹੁੰਦਾ ਜੀ ਜਿਹੜਾ ਇਦਾਂ ਹੁੰਦੇ ਨਾ ਜਿਵੇਂ ਡਬਲ ਕਲਰ ਹੋ ਗਏ ਜਾਂ 3 ਕਲਰਸ ਹੋ ਗਏ ਜਾਂ ਟਾਈ ਐਂਡ ਡਾਈ ਹੋ ਗਏ ਇਹ ਜ਼ਿਆਦਾਤਰ ਉਹਦੇ ਵਿੱਚ ਟ੍ਰੈਂਡਿੰਗ 'ਚ ਰਹਿਣ ਵਾਲੇ ਨਹੀਂ ਹੁੰਦੇ ਥੋੜ੍ਹਾ ਕੁ ਟਾਈਮ ਰਹਿਣਗੇ ਉਸ ਤੋਂ ਬਾਅਦ ਕੁਝ ਹੋਰ ਟ੍ਰੈਂਡ ਸਟਾਰਟ ਹੋ ਜਾਊਗਾ ਤੇ ਇਹ ਆਪਾਂ ਨੂੰ ਇਦਾਂ ਲੱਗਣ ਲੱਗ ਜੂ ਵੀ ਇਹ ਹਨਾ ਪੁਰਾਣਾ ਹੋ ਗਿਆ ਸੋ ਟਰਾਈ ਕਰਿਆ ਕਰੋ ਸਿੰਗਲ ਕਲਰ ਨੂੰ ਜੇ ਆਪਾਂ ਥੋੜ੍ਹਾ ਜਿਹਾ ਲੌਂਗ ਟਾਈਮ ਆਪਾਂ ਪਾਉਣਾ ਆ ਜਾਂ ਲੌਂਗ ਟਾਈਮ ਆਪਾਂ ਸੂਟਸ ਦਾ ਲੌਂਗ ਟਾਈਮ ਹੀ ਰੱਖਦੇ ਹਾਂ ਤਾਂ ਉਹ ਕਲਰ ਜ਼ਿਆਦਾਤਰ ਚੂਜ਼ ਕਰਿਆ ਕਰੋ ਕਲਰ ਵੀ ਅਤੇ ਬਾਕੀ ਡਿਜ਼ਾਈਨਸ ਵੀ ਆਪਾਂ ਨੂੰ ਆਲ ਟਾਈਮ ਆਪਣੇ ਫੇਵਰਟ ਰਹਿਣ ਆਪਾਂ ਨੂੰ ਇੱਦਾਂ ਨਾ ਲੱਗੇ ਵੀ ਆਪਾਂ ਵੀਅਰ ਕਰ ਲਿਆ ਅਤੇ ਉਸ ਤੋਂ ਬਾਅਦ ਆਪਾਂ ਨੂੰ ਇੱਦਾਂ ਲੱਗੇ ਕਿ ਇਹ ਚੀਜ਼ ਟ੍ਰੈਂਡ 'ਚ ਨਹੀਂ ਹੈਗੀ ਸੋ ਜਿਵੇਂ ਹੁਣ ਇਹ ਟ੍ਰੈਂਡਿੰਗ 'ਚ ਆ ਤਾਂ ਇਹ ਵੀ ਨਹੀਂ ਪਤਾ ਵੀ ਚਾਹੇ ਕਿੰਨਾ ਟਾਈਮ ਚੱਲਦਾ ਰਹੇ ਜੇ ਚੱਲਣ ਨੂੰ ਚਾਹੇ ਮਹੀਨਾ ਵੀ ਚੱਲ ਸਕਦੇ ਚੱਲਣ ਨੂੰ ਇਹ ਇੱਕ ਦਿਨ 'ਚ ਵੀ ਖਤਮ ਹੋ ਸਕਦਾ ਕਿਉਂਕਿ ਜਿਵੇਂ ਜਿਵੇਂ ਦਾ ਟਾਈਮ ਪਾਸ ਹੁੰਦਾ ਜਾ ਰਿਹਾ ਬਹੁਤ ਤਰ੍ਹਾਂ ਦੇ ਕਲਰਸ ਆ ਰਹੇ ਆ ਬਹੁਤ ਤਰ੍ਹਾਂ ਦੇ ਡਿਜ਼ਾਈਨਿੰਗਸ ਆ ਰਹੀਆਂ ਨੇ ਤਾਂ ਇਸ ਕਰਕੇ ਆਪਾਂ ਡਿਸਾਈਡ ਕਰਨਾ ਬੜਾ ਹੀ ਮੁਸ਼ਕਿਲ ਹੈ ਇਸ ਟਾਈਮ 'ਤੇ ਕਿ ਆਪਾਂ ਨੂੰ ਕੀ ਪਾਉਣਾ ਚਾਹੀਦਾ ਅਤੇ ਕੀ ਨਹੀਂ ਬਾਕੀ ਹਰ ਇੱਕ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਜੀ ਕਈਆਂ ਨੂੰ ਇਹ ਵੀ ਹੁੰਦਾ ਕਿ ਜਿਵੇਂ ਦਾ ਵੀ ਟ੍ਰੈਂਡ ਆ ਉਹਦੇ ਨਾਲ ਜਾਣਾ ਵਧੀਆ ਲੱਗਦਾ ਹੁੰਦਾ ਕਈਆਂ ਨੂੰ ਇਦਾਂ ਹੁੰਦਾ ਵੀ ਟ੍ਰੈਂਡ ਹੋਵੇ ਚਾਹੇ ਨਾ ਹੋਵੇ ਬਟ ਕਈ ਵਾਰੀ ਕੋਈ ਚੀਜ਼ ਆਪਣੀ ਫੇਵਰੇਟ ਹੁੰਦੀ ਹੈ ਤਾਂ ਆਪਾਂ ਕਦੋਂ ਵੀ ਉਹਨੂੰ ਵੀਅਰ ਕਰ ਸਕਦੇ ਹਾਂ ਸੋ ਇਹਦਾ ਸਕਰੀਨਸ਼ਾਟ ਕਰਕੇ ਤੁਸੀਂ ਇਹਦੀ ਪ੍ਰਾਈਜ਼ ਵੀ ਜਾਣ ਸਕਦੇ ਹੋ ਅਤੇ ਕਲਰ ਵਗੈਰਾ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਸੀਂ ਕਿਸ 'ਤੇ ਬਣਵਾਉਣਾ ਚਾਹੁੰਦੇ ਹੋ ਇਹ ਕੇ ਸੂਟ ਹੈ ਜੀ ਇਹ ਦੋ ਸੂਟ ਸੀ ਜੀ ਦੋਨੋਂ ਹੀ ਹੈਂਡ ਵਰਕ ਨੇ ਅਤੇ ਦੋਨੋਂ ਹੀ ਤੁਸੀਂ ਸਾਨੂੰ ਪਲੀਜ਼ ਸਕਰੀਨਸ਼ਾਟ ਕਰਕੇ ਸਾਡਾ ਵਟਸਐਪ ਨੰਬਰ ਹਮੇਸ਼ਾ ਮੈਂ ਆਪਣੀ ਸਕਰੀਨ 'ਤੇ ਪਿੰਨ ਕਰਦੀ ਹਾਂ ਤੁਸੀਂ ਉੱਥੋਂ ਪਿੱਕ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਮਸ਼ੀਨ ਦੇ ਵਿੱਚ ਵੀ ਕਨਵਰਟ
ਬਾਕੀ ਮੈਂ ਤਾਂ ਇਹੀ ਕਹੂੰਗੀ ਜੀ ਜਿਵੇਂ ਟ੍ਰੈਂਡ ਦੇ ਹਿਸਾਬ ਨਾਲ ਵੀ ਚੱਲਣਾ ਚਾਹੀਦਾ ਬਟ ਥੋੜਾ ਜਿਹਾ ਇਦਾਂ ਵੀ ਦੇਖਣਾ ਚਾਹੀਦਾ ਵੀ ਅੱਜ ਕੱਲ ਜਿਹੜੇ ਕਲਰਸ ਨੇ ਉਹ ਅੱਜ ਟ੍ਰੈਂਡਿੰਗ ਦੇ ਵਿੱਚ ਹੈਗੇ ਨੇ ਤੇ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਪਤਾ ਹੁੰਦਾ ਵੀ ਇਹ ਚੀਜ਼ ਰਹਿਣੀ ਵੀ ਆ ਕਿ ਨਹੀਂ ਰਹਿਣੀ ਬਟ ਇਹ ਆਪਾਂ ਨੂੰ ਜ਼ਰੂਰ ਪਤਾ ਵੀ ਸਿੰਗਲ ਕਲਰ ਹਮੇਸ਼ਾ ਟ੍ਰੈਂਡ ਦੇ ਵਿੱਚ ਰਹਿੰਦੇ ਆ ਮੈਚਿੰਗ ਹਮੇਸ਼ਾ ਆਊਟ ਆਫ ਫੈਸ਼ਨ ਹੋ ਜਾਂਦੀ ਆ ਜ਼ਰੂਰ ਹੁੰਦੀ ਹੈ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਸੋ ਬਾਕੀ ਚੁਆਇਸ ਹੈ ਜੀ ਆਪਣੀ ਆਪਣੀ ਮੈਂ ਤਾਂ ਇਹੀ ਰਿਕੁਐਸਟ ਕਰੂੰਗੀ ਪਲੀਜ਼ ਤੁਸੀਂ ਇੱਦਾਂ ਹੀ ਮੈਨੂੰ ਸਪੋਰਟ ਕਰਦੇ ਰਹੋ ਇੱਦਾਂ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਜੋ ਵੀ ਮੇਰੇ ਚੈਨਲ ਤੇ ਨਵੇਂ ਨੇ ਪਲੀਜ਼ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਐਂਡ ਡਿਜ਼ਾਈਨਿੰਗਸ ਕਿੱਦਾਂ ਦੀਆਂ ਲੱਗ ਰਹੀਆਂ ਨੇ ਸਤਿ ਸ਼੍ਰੀ ਅਕਾਲ।